ਫਿਲਮ ਨਾਨਕ ਸ਼ਾਹ ਫਕੀਰ ਨੂੰ ਲੈ ਕੇ ਇੱਕ ਹੋਰ ਤਾਜ਼ਾ ਵਿਵਾਦ ਸਾਹਮਣੇ ਆਇਆ ਹੈ। ਥੋੜ੍ਹੇ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਛੱਡ ਕੇ ਲੋਕ ਇਨਸਾਫ਼ ਪਾਰਟੀ ਵਿੱਚ ਸ਼ਾਮਲ ਹੋਏ ਭਾਈ ਜਗਜੀਤ ਸਿੰਘ ਖਾਲਸਾ ਨੇ ਅੱਜ ਅੰਮ੍ਰਿਤਸਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇੱਕ ਵੱਡਾ ਖੁਲਾਸਾ ਕੀਤਾ ਹੈ। ਉਹਨਾਂ ਦੱਸਿਆ ਹੈ ਕਿ ਨਾਨਕ ਸ਼ਾਹ ਫਕੀਰ ਫਿਲਮ ਦੀ ਸਾਰੀ ਸ਼ੂਟਿੰਗ ਦੁਬਈ ਵਿੱਚ ਹੋਈ ਸੀ ਅਤੇ ਇਸ ਫਿਲਮ ਵਿੱਚ ਭਾਈ ਮਰਦਾਨਾ ਦਾ ਰੋਲ ਅਦਾ ਕਰਨ ਵਾਲੇ ਨੇ ਜਿਸ ਰਬਾਬ ਦਾ ਇਸਤੇਮਾਲ ਕੀਤਾ ਸੀ ਉਸ ਨੂੰ ਹੁਣ ਦੁਬਈ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਸ਼ੋਭਿਤ ਕਰ ਦਿੱਤਾ ਗਿਆ ਹੈ ਅਤੇ ਉੱਥੋਂ ਦੇ ਲੋਕ ਹੁਣ ਉਸ ਰਬਾਬ ਨੂੰ ਮੱਥਾ ਵੀ ਟੇਕ ਰਹੇ ਹਨ ਜੋ ਕਿ ਸਰਾਸਰ ਗਲਤ ਹੈ। ਉਹਨਾਂ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋਗਲੇ ਚਿਹਰੇ ਦੀ ਵੀ ਗੱਲ ਆਖੀ ਹੈ। ਉਹਨਾਂ ਕਿਹਾ ਕਿ ਫਿਲਮ ਨਾਨਕ ਸ਼ਾਹ ਫਕੀਰ ਨੂੰ ਜਿਸ ਜਿਸ ਨੇ ਹਰੀ ਝੰਡੀ ਦਿੱਤੀ ਸੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਸਿੱਖ ਪੰਚੋਂ ਛੇਕ ਦਿੱਤਾ ਜਾਵੇ। ਦੱਸਣਾ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆ ਫੋਟੋਆਂ ਰਿਲੀਜ਼ ਹੋ ਰਹੀਆਂ ਨੈੱਟ 'ਤੇ ਆ ਰਹੀਆਂ ਕਿ ਇਹ ਫਿਲਮ ਦੁਬਈ ਦੇ ਵਿੱਚ ਜਿਹੜੀ ਆ ਉਹ ਸ਼ੂਟ ਕੀਤੀ ਗਈ ਆ। ਇਸ ਫਿਲਮ ਦੇ ਵਿੱਚ ਜਿਹੜਾ ਉਹ ਰਬਾਬ ਜਿਹੜੀ ਭਾਈ ਮਰਦਾਨਾ ਜੀ ਦੇ ਕੋਲ ਸੀ ਉਹ ਉੱਥੇ ਦੁਬਈ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਆ ਉਹਨਾਂ ਨੇ ਸ਼ੋਭਿਤ ਕਰ ਦਿੱਤੀ ਆ ਅਤੇ ਸੰਗਤਾਂ ਜਿਹੜੀਆਂ ਨੇ ਉਹ ਉੱਥੇ ਮੱਥਾ ਟੇਕ ਰਹੀਆਂ ਨੇ। ਸੋ ਇਹ ਫਿਲਮ ਜਿਹੜੀ ਆ ਸਿੱਖਾਂ ਨੂੰ ਇੱਕ ਕਰਮਕਾਂਡ ਅਤੇ ਮੂਰਤੀ ਪੂਜਾ ਵੱਲ ਧਕੇਰੀ ਆ ਜੋ ਸਿੱਖੀ ਪਰੰਪਰਾਵਾਂ ਅਤੇ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਆ। ਇਸ ਫਿਲਮ ਦੇ ਉੱਤੇ ਰੋਕ ਲਾਈ ਜਾਵੇ। ਅਸੀਂ ਸਰਕਾਰ, ਸੈਂਟਰ ਸਰਕਾਰ, ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹ ਸਿੱਖੀ ਭਾਵਨਾਵਾਂ ਨੂੰ, ਸਿੱਖਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਸ ਫਿਲਮ ਦੇ ਉੱਤੇ ਜਿਹੜਾ ਰੋਕ ਲਾਈ ਜਾਵੇ। ਜੇ ਇਹ ਫਿਲਮ 'ਤੇ ਰੋਕ ਨਹੀਂ ਲੱਗਦੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਪੰਜਾਬ ਜਾਂ ਇੰਡੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਾਲੀ ਜਾਂ ਜਾਨੀ ਕੋਈ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ, ਸੈਂਟਰ ਸਰਕਾਰ ਹੋਊਗੀ ਅਤੇ ਨਾਲ ਦੇ ਨਾਲ ਜੋ ਅੱਜ ਇਹ SGPC ਦਾ ਅਤੇ ਬਾਦਲ ਅਕਾਲੀ ਦਲ ਜੋ ਆਪਣੇ ਆਪ ਨੂੰ ਪੰਥਕ ਸਰਕਾਰ ਖਵਾਉਂਦਾ ਉਹਨਾਂ ਦਾ ਦੋਗਲਾ ਚਿਹਰਾ ਜਿਹੜਾ ਅੱਜ ਸੰਗਤ ਦੇ ਸਾਹਮਣੇ ਆ ਗਿਆ। ਖੁਦ ਪਹਿਲੋਂ ਇੱਦਾਂ ਜਿਹੜੀ ਆ ਉਹਨਾਂ ਨੇ ਮਨਜ਼ੂਰੀ ਦੇ ਕੇ ਅੱਜ ਜਦੋਂ ਸੰਗਤ ਦਾ ਗੁੱਸਾ ਅਤੇ ਰੋਹ ਵੇਖ ਕੇ ਆਪਣਾ ਸਟੈਪ ਪਿੱਛੇ ਚੁੱਕਿਆ। ਜਿਹੜੇ ਵੀ ਉਸ 5 ਮੈਂਬਰੀ ਕਮੇਟੀ ਦੇ ਵਿੱਚ ਆਏ ਜਿਨ੍ਹਾਂ ਦੀ ਵੀ ਸ਼ਮੂਲੀਅਤ ਆ ਇਸ ਫਿਲਮ ਨੂੰ ਰਿਲੀਜ਼ ਕਰਨ ਦੀ ਇਨਕੁਆਇਰੀ ਹੋਣੀ ਚਾਹੀਦੀ ਆ ਅਤੇ ਉਹਨਾਂ ਨੂੰ ਸਿੱਖ ਪੰਥ ਦੇ ਵਿੱਚੋਂ ਛੇਕਣਾ ਚਾਹੀਦਾ ਆ ਕਿਉਂਕਿ ਇਹਦੇ ਨਾਲ ਜਿਹੜੀ ਆ ਉਹ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਆ। ਕਦੇ ਵੀ ਕੋਈ ਗੁਰੂ ਦਾ ਰੋਲ ਨਹੀਂ ਕਰ ਸਕਦਾ। ਇਹ ਸੰਗਤਾਂ ਦੇ ਮਨ ਦਾ ਗੁੱਸਾ ਆ, ਇਹ ਸੰਗਤਾਂ ਦੀਆਂ ਭਾਵਨਾਵਾਂ ਨੇ ਕਿਉਂਕਿ ਸਾਡੀ SGPC ਸਾਡੇ ਇਹ ਅਕਾਲੀ ਦਲ ਦੇ ਜਿਹੜੇ ਲੀਡਰ ਆ ਉਹ ਹੀ ਉੱਥੇ ਸਰਕਾਰ 'ਚ ਕਬਜ਼ੇ ਆ ਅਤੇ ਉਹਨਾਂ ਦਾ ਹੀ ਇੱਥੇ ਜਿਹੜੀ ਆ ਪਾਵਰ ਉਹਨਾਂ ਦੇ ਹੱਥ 'ਚ ਆ। ਜਥੇਦਾਰ ਉਹਨਾਂ ਦੇ ਸਵਿੱਚ ਆਨ ਜਾਂ ਆਫ ਬਣ ਚੁੱਕੇ ਨੇ ਸਿਰਫ, ਨਾ ਕਿ ਸੰਗਤ ਨੂੰ ਸੰਬੋਧਨ ਹੋ ਕੇ ਕੋਈ ਹੁਕਮਨਾਮਾ ਜਾਰੀ ਕਰਦੇ ਨੇ। ਸਿਰਫ ਅਤੇ ਸਿਰਫ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਨੂੰ ਜਿਹੜਾ ਉਹ ਸੰਬੋਧਨ ਹੋ ਕੇ ਜਿਹੜਾ ਜੋ ਵੀ ਉਹ ਪਿੱਛੋਂ ਹੁਕਮ ਉਹਨਾਂ ਨੂੰ ਜਾਰੀ ਹੁੰਦਾ ਆ ਉਹ ਕਰਦੇ ਨੇ। ਅਤੇ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਬਿਲਕੁਲ ਸੰਗਤ ਜਿਹੜੀ ਆ ਉਹ ਇਹਦਾ ਰੋਸ ਕਰੂਗੀ, ਇਹਦਾ ਗੁੱਸਾ ਕੱਢੂਗੀ। ਬਿਊਰੋ ਰਿਪੋਰਟ, ਪੰਜਾਬ ਟੂਡੇ।